सर जी मेरे नाल मसला ये हल होने मेरे नाल गलत काम यह हद होंगे मेरे घर वाले जो डैथ हो गई वो बाद तू काम गलत काम ले पे मेरे नाल कहते हैं कि रिश्ते एक दूजे के सुख की भाईवाल बनते हैं पर जमीन जायदाद ज होर रंजिशा कारण वधेरे लोग रिश्तों के अपने पन का सुख नहीं लै पाते सगों इन्हों की लड़ाई रिश्तों बदनाम करने वाली कोई ना कोई कहानी भी छड़ जाती है। तस्वीर में एक बजुर्ग अपनी नौ पुत उन्होंने विआह से आशीर्वाद दिता दिखाई दे रहा है जबकि इस बुजुर्ग की एक वीडियो तेजी नाल वायरल हो रही है जिस अपनी इसे नौ को बुरी तरह कुटमार करता दिखाई दे रहा है। कुछ टीवी चैनलों ने यह वायरल वीडियो विखाई है। पड़ताल करते पता लगे कि वीडियो सुमन नाम की एक विधवा औरत की है। सुमन ने दसा कि उसनु घरों कढ़न लई उसका सहुरा गुरदीप सिंह उसकी मारकुटाई करता है जबकि उसके गलत नज़र भी रखता है। उसने दसिया कि घर विच उसनु वख वख तरीकियां नाल परेशान किया जाता है। उसनु डेढ़ साल तो बिजली तक नहीं वरतन दी जा रही। किसी तरह लोगों के घर विच काम करके वह अपने तीन बच्चों का गुजारा कर रही है। ਇਹ ਸਰ ਜੀ ਮੇਰੇ ਨਾਲ ਮਸਲਾ ਇਹ ਹੱਲ ਹੋਣ ਡਿਆ ਮੇਰੇ ਨਾਲ ਗਲਤ ਕੰਮ ਇਹ ਹੱਦ ਦਾ ਹੁੰਦਾ ਹੈ ਮੇਰੇ ਘਰ ਵਾਲੇ ਜਦੋਂ ਦੀ ਡੈਥ ਹੋ ਗਈ ਉਹਦੇ ਬਾਅਦ ਤੂੰ ਕੰਮ ਇਹ ਗਲਤ ਕਰਨ ਲਈ ਪਏ ਮੇਰੇ ਨਾਲ ਕਿਦੋਂ ਦੀ ਡੈਥ ਹੋਈ ਦੀ ਹੈ ਇਹ 2017 ਦੀ ਹੋਈ ਹੈ ਡੈਥ ਕੀ ਕਰਦੇ ਸੀ ਘਰ ਵਾਲੇ ਡਰਾਈਵਰ ਸੀਗੇ ਕਿੱਦਾਂ ਡੈਥ ਹੋਈ ਉਹਨਾਂ ਦੀ ਉਹ ਮਲਕੀ ਡਰਾਈਵਰੀ ਨਸ਼ਾ ਨੁਸ਼ਾ ਕਰਦੇ ਸੀ ਲੀਵਰ ਖਰਾਬ ਹੋ ਗਿਆ ਸੀ ਉਹਨਾਂ ਦਾ ਉਸ ਤੋਂ ਬਾਅਦ ਕੀ ਹੋਇਆ ਕੀ ਪੂਰੀ ਗੱਲ ਦੱਸੋ ਲੀਵਰ ਖਰਾਬ ਹੋ ਗਿਆ ਸੀ ਦੋ ਵਾਰੀ ਹਸਪਤਾਲ ਵੀ ਦਾਖਲ ਕਰਾਇਆ ਨਹੀਂ ਠੀਕ ਹੋਏ ਬਿਲਕੁਲ ਡੈਡ ਹੋ ਗਏ ਫਿਰ ਮਲਕੀ ਇਦਾਂ ਡੈਥ ਹੋ ਗਈ ਹੈ ਉਹਦੇ ਬਾਅਦ ਮਰਨੇ ਦੇ ਬਾਅਦ ਮਲਕੀ ਇਹਨਾਂ ਨੇ ਮੈਨੂੰ ਤੰਗ ਕੀਤਾ ਆ ਬੱਚਿਆਂ ਨੂੰ ਤੰਗ ਕਰਦੇ ਮਰਨ ਤੋਂ ਬਾਅਦ ਮਾਰਨਾ ਸ਼ੁਰੂ ਕੀਤਾ ਹਾਂਜੀ ਕਿਉਂ ਮਾਰਦੇ ਸੀ ਕੀ ਗੱਲ ਇਹ ਘਰੋਂ ਕੱਢਣਾ ਚਾਹੁੰਦੇ ਸੀ ਸਰ ਘਰੋਂ ਕੱਢਣਾ ਚਾਹੁੰਦੇ ਸੀ ਵੀ ਮਲਕੀ ਬਾਰੋ ਬਾਰ ਮਲਕੀ ਕੱਢਦੀ ਹੈ ਇਹਨਾਂ ਨੂੰ ਬਾਹਰ ਘਰੋਂ ਤੁਸੀਂ ਦੱਸਿਆ ਕਿ ਇਹਨਾਂ ਨੇ ਵਸੀਅਤ ਵੀ ਬੱਚਿਆਂ ਦੇ ਨਾਂ ਕੀਤੀ ਫਿਰ ਕਿੱਦਾਂ ਘਰੋਂ ਕੱਢਣਾ ਚਾਹੁੰਦੇ ਇਹ ਵਸੀਅਤ ਕਹਿੰਦੇ ਸੀ ਅਸੀਂ ਟਟਾ ਦੇਣੀ ਅਸੀਂ ਬਾਰੋ ਬਾਰ ਮਕਾਨ ਵੇਚ ਦੇਣਾ ਤੇ ਬਾਅਦ ਚ ਜਾ ਕੇ ਤੇ ਕਹਿੰਦੇ ਸੀ ਵੀ ਅਸੀਂ ਬਾਰੋ ਬਾਰ ਮਕਾਨ ਵੇਚਣਾ ਤੇ ਮੈਂ ਫਿਰ ਵਕੀਲ ਨਾਲ ਕਿਸੇ ਨਾਲ ਗੱਲ ਕੀਤੀ ਮੈਂ ਬਾਜੀ ਇਦਾਂ ਦਾ ਗੱਲ ਵੀ ਮੈਂ ਬੱਚੇ ਲੈ ਕੇ ਕਿੱਥੇ ਜਾਊਂਗੀ ਛੋਟੇ ਛੋਟੇ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹਾਂ ਤੇ ਕਹਿੰਦੇ ਕੋਈ ਨਹੀਂ ਤੁਸੀਂ ਮੇਰੇ ਕੋਲ ਲਿਆਓ ਫਿਰ ਮੈਂ ਗਈ ਵਕੀਲ ਕੋਲ ਉਹਨਾਂ ਨੇ ਫਿਰ ਸਟੇਅ ਲਵਾਇਆ ਸਟੇਅ ਹਟ ਦਿੱਤਾ ਫਿਰ ਵੀ ਇਹਨਾਂ ਨੇ ਮੇਰੇ ਨਾਲ ਗਲਤ ਕੰਮ ਇਦਾਂ ਦਾ ਕਰਨ ਡਏ ਆ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ 'ਚ ਤੁਹਾਨੂੰ ਕੁੱਟ ਰਹੇ ਹੈ ਹਾਂਜੀ ਕਿਦੋਂ ਦੀ ਹੈ ਤੇ ਕੌਣ ਤੁਹਾਨੂੰ ਬਚਾ ਰਿਹਾ ਇਹ ਮੇਰੀ ਪਰਸੂ ਦੀ ਵੀਡੀਓ ਵਾਇਰਲ ਹੁੰਦੀ ਹੈ ਪਰਸੂ ਦੀ ਮਤਲਬ ਕਿ ਮਾਰਿਆ ਮੇਰੇ ਸਹੁਰੇ ਨੇ ਪਹਿਲੇ ਮੇਰੇ ਅੰਦਰ ਵੜ ਕੇ ਪਹਿਲੇ ਬੇਟੇ ਨੂੰ ਪਿਆ ਫਿਰ ਮੈਂ ਹਟਾਉਣ ਲੱਗੀ ਮੇਰੇ ਚਾਕੂ ਮਾਰਿਆ ਇਹਨਾਂ ਨੇ ਬਾਹਾਂ ਤੇ ਆਹ ਵੇਖੋ ਬਾਹਾਂ ਸਾਰੀਆਂ ਛਿੱਲੀਆਂ ਬੇਟੇ ਨੂੰ ਵੀ ਮਾਰਿਆ ਵੇਖੋ ਉਹਦੇ ਤੇ ਇਹਨਾਂ ਨੇ ਬਾਅਦ 'ਚ ਮੈਂ ਕਰਦ ਫੜੀ ਇਹਦੇ ਕੋਲ ਜ਼ੋਰ ਨਾਲ ਮੈਨੂੰ ਵਾਲਾਂ ਫੜ ਕੇ ਬਾਹਰ ਸੁੱਟਿਆ ਮੇਰੇ ਸਿਰ 'ਚ ਲੱਗ ਗਈ ਆ ਫਿਰ ਮੈਨੂੰ ਕੋਈ ਹੋਸ਼ ਨਹੀਂ ਬੇਟੇ ਨੇ ਫਿਰ ਚੁੱਕ ਕੇ ਮੈਨੂੰ ਕੀਤਾ ਇਹਨੇ ਫਿਰ ਮੈਨੂੰ ਢਾ ਲਿਆ ਤੇ ਲੰਮੇ ਪੈ ਕੇ ਵੇਖੋ ਵੀਡੀਓ ਕਿੱਦਾਂ ਮਤਲਬ ਕਿ ਬਣਾਈ ਹੈ ਵੀ ਥੱਲੇ ਉੱਤੇ ਚੜਿਆ ਮੇਰੇ ਕਿੱਦਾਂ ਗਲਤ ਕੰਮ ਹੈ ਕਿੱਦਾਂ ਦਾ ਨਿਆਂ ਆ ਇਹ ਇਹਦੀ ਕੰਪਲੇਂਟ ਕੋਈ ਨਹੀਂ ਕੀਤੀ ਮੈਂ 2 ਵਾਰੀ ਕੀਤੀ ਸਰ ਚੰਡੀਗੜ੍ਹ ਵੀ ਕੀਤੀ ਫਿਰ ਮੈਂ ਕੀਤੀ ਹੈ ਇੱਥੇ ਮਤਲਬ ਕਿ ਥਾਣੇ ਵਾਲੇ ਕਹਿੰਦੇ ਇਹ ਪਾੜੇ ਕੋਲ ਚਲ ਗਏ ਆ MLA ਕੋਲ ਤੇ ਉਹ ਕਹਿੰਦੇ ਵੀ ਫੈਸਲਾ ਕਰ ਲਓ ਕੰਪਰੋਮਾਈਜ਼ ਕਰੋ ਮੈਂ ਨਹੀਂ ਸਰ ਮੈਂ ਕਰਨਾ ਨਹੀਂ ਉੱਥੇ ਇੱਕ ਮੈਡਮ ਹੈ ASI ਉਹ ਕਹਿੰਦੀ ਤੁਸੀਂ ਨਾ ਰਾਜੀਨਾਮਾ ਕਰੋ ਮੈਂ ਮੈਮ ਜੀ ਮੈਂ ਰਾਜੀਨਾਮਾ ਨਹੀਂ ਕਰਨਾ ਮੈਂ ਨਾ ਇੱਕ ਵਾਰੀ ਹੱਲਾ ਹੋਏ 2 ਵਾਰੀ ਹੋਏ ਮੈਂ ਰਾਜੀਨਾਮਾ ਨਹੀਂ ਕਰਨਾ ਮੈਨੂੰ ਇਨਸਾਫ ਚਾਹੀਦਾ ਕੋਈ ਤਕਲੀਫ ਹੈ ਤੁਹਾਨੂੰ ਘਰ 'ਚ ਹਾਂਜੀ ਸਰ ਜੀ ਕੀ ਤਕਲੀਫ ਹੈ ਤਕਲੀਫ ਇਹ ਆ ਮੇਰੇ ਮੀਟਰ ਕਟਾਇਆ ਗਿਆ ਆ ਕਦੋਂ ਦਾ ਇਹ ਹੋ ਗਿਆ 1.5 ਸਾਲ ਕਿਉਂ ਮੀਟਰ ਕਟਾਇਆ ਇਹਨਾਂ ਨੇ ਬਿਜਲੀ ਸਾਰੀ ਬਾਲੀ ਹੈ ਤੇ ਕਿਸੇ ਨੇ ਸਲਾਹ ਦਿੱਤੀ ਹੈ ਵੀ ਮੀਟਰ ਕਟਾਓ ਫਿਰ ਮਕਾਨ ਵਿਕੇਗਾ ਮੀਟਰ ਮੇਰੇ ਨਾਂ ਸੀਗਾ 1.5 ਸਾਲ ਤੋਂ ਤੁਸੀਂ ਬਗੈਰ ਬਿਜਲੀ ਤੋਂ ਰਹਿੰਦੇ ਹਾਂਜੀ ਬਗੈਰ ਬਿਜਲੀ ਤੋਂ ਰਹਿੰਦੇ ਹਾਂਜੀ ਆ ਬਿਜਲੀ ਦੇ ਬਿੱਲ ਵੀ ਮੈਂ ਕਲੀਅਰ ਕਰਤੇ ਆ ਇੱਕ ਕਿਸ਼ਤ ਰਹਿ ਗਈ ਹੈ ਬਾਕੀ ਮੈਂ ਬਿੱਲ ਤਾਰਤੇ ਆ ਆਹ ਵੇਖੋ ਸਾਹਮਣੇ ਆ ਸਾਰਾ ਕੁਛ ਬਿੱਲ ਵੀ ਕਲੀਅਰ ਕਰਤੇ ਆ ਹੁਣ 1.5 ਸਾਲ ਤੋਂ ਤੁਸੀਂ ਬਗੈਰ ਬਿਜਲੀ ਤੋਂ ਇਸ ਘਰ ਦੇ ਰਹੇ ਹਾਂਜੀ ਬੱਚੇ ਕੀ ਕਰਦੇ ਆ ਤੁਹਾਡੇ ਬੱਚੇ ਮੇਰੇ ਪੜ੍ਹਦੇ ਆ ਇੱਕ 10ਵੀਂ 'ਚ ਹੋਇਆ ਇੱਕ +1 'ਚ ਹੋਇਆ ਤੇ ਵੱਡਾ ਬੇਟਾ ਜੰਮੂ ਰਹਿੰਦਾ ਨਾਨਕੇ ਇਹਨਾਂ ਦਾ ਗੁਜ਼ਾਰਾ ਕਿੱਦਾਂ ਕਰਦੇ ਹੋ ਤੁਸੀਂ ਫੀਸਾਂ ਕਿੱਦਾਂ ਕੱਢਦੇ ਹੋ ਹਾਂਜੀ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਨੀ ਲੋਕਾਂ ਦੇ ਘਰਾਂ 'ਚ ਰਾਸ਼ਨ ਰੂਸ਼ਨ ਦੇ ਦਿੰਦੇ ਮੈਨੂੰ ਉਹ ਖਰਚਾ ਦਿੰਦੇ ਥੋੜਾ ਬਹੁਤਾ ਬਸ ਸਨੇਹ ਚਾਹੁੰਦੀ ਹਾਂ ਵੀ ਜੀ ਬੱਚੇ ਪੜ੍ਹਦੇ ਆ ਮੈਨੂੰ ਇਨਸਾਫ ਚਾਹੀਦਾ ਵੀ ਮੇਰੇ ਬੱਚੇ ਮਤਲਬ ਕਿ ਆਪਣੇ ਪੜ੍ਹਦੇ ਆ ਖਰਚਾ ਕਰਦੇ ਆ ਅਤੇ ਉਹ ਮੰਗ ਮੈਨੂੰ ਇਹ ਚਾਹੀਦੀ ਮੈਨੂੰ ਇਨਸਾਫ ਚਾਹੀਦਾ ਹੈ ਉਧਰ ਦੂਜੇ ਪਾਸੇ ਇਸ ਬਾਰੇ ਸੁਮਨ ਦੇ ਸਹੁਰੇ ਗੁਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਅਸਲ ਵਿੱਚ ਉਸਦੇ 2 ਮੁੰਡੇ ਹੈ ਅਤੇ ਜਿਨ੍ਹਾਂ ਵਿੱਚ ਵੱਡੇ ਦੀ ਘਰਵਾਲੀ ਦਾ ਦੇਹਾਂਤ ਹੋ ਚੁੱਕਿਆ ਹੈ ਇਸ ਲਈ ਉਸਦੇ 2 ਬੱਚੇ ਵੀ ਉਸਦੇ ਨਾਲ ਘਰ ਵਿੱਚ ਰਹਿੰਦੇ ਆ ਜਦਕਿ ਸੁਮਨ ਅਤੇ ਉਸਦੇ ਬੱਚਿਆਂ ਨੂੰ ਇਹ ਪਸੰਦ ਨਹੀਂ ਹੈ ਇਹ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਵੇਖੋ ਜੀ ਮੇਰੀ ਪੋਤੀ ਆਈ ਡਿਊਟੀ ਤੋਂ ਵੱਡੇ ਮੁੰਡੇ ਦੀ ਕੁੜੀ ਅੱਛਾ ਜੀ ਉਹ ਆਈ ਆ ਉਹਦੇ ਉਹਨੇ ਆਉਂਦਿਆਂ ਕਿਹਾ ਆਪਣੀ ਦਾਦੀ ਨੂੰ
ਵੀ ਆਪਣੇ ਉਹ ਪੋਚਾ ਲਾ ਰਹੀ ਸੀ ਦਾਦੀ ਉਹਦੀ, ਉਹਨੇ ਕਿਹਾ ਵੀ ਦਾਦੀ ਨੂੰ ਅਜੇ ਨਾ ਪੋਚਾ ਲਾ। ਹੈਂ ਤੇ ਮੇਰੇ ਛੋਟੇ ਮੁੰਡੇ ਦਾ ਛੋਟਾ ਗਗਲਾ ਮੁੰਡਾ ਜਿਹੜਾ ਸੀ ਉਹ ਅੰਦਰੋਂ ਉਹਨੂੰ ਗਾਲਾ ਕੱਢਣ ਲੱਗ ਪਿਆ। ਠੀਕ ਹੈ, ਉਹ ਗਾਲਾ ਕੱਢਣ ਲੱਗ ਪਿਆ, ਪਤਾ ਨਹੀਂ ਹੱਥੀ ਪਿਆ ਕੀ ਆ, ਕੁੜੀ ਬਾਹਰ ਆਈ ਆ, ਮੈਨੂੰ ਆਖਿਆ ਦਾਦਾ ਮੈਨੂੰ ਇਹ ਗਾਲਾਂ ਕੱਢਦਾ। ਮੈਂ ਅੰਦਰ ਗਿਆ, ਅਜੇ ਅੰਦਰ ਜਾ ਕੇ ਮੈਂ ਗੱਲ ਹੀ ਕਰਨ ਡਿਆ, ਮਾਂ ਪੁੱਤ ਮੈਨੂੰ ਪੈ ਗਏ ਆ, ਮਾਂ ਪੁੱਤ ਮੈਨੂੰ ਪੈ ਗਏ ਆ। ਮੈਂ ਮੈਨੂੰ ਕਿਸੇ ਨੇ ਇੱਕ ਮੁੰਡਾ ਸੀ ਇੱਥੇ, ਉਹਨੇ ਮੈਨੂੰ ਛਡਾਇਆ, ਮੈਂ ਇੱਥੇ ਆ ਗਿਆ। ਇੱਥੇ ਆ ਕੇ ਫਿਰ ਮੈਨੂੰ ਬੁਰੇ 'ਚ ਪਏ ਆ, ਇੱਥੋਂ ਧੱਕਾ ਮਾਰਿਆ ਇਹਨਾਂ ਨੇ, ਅਸੀਂ ਤਿੰਨੇ ਇੱਥੇ ਡਿੱਗ ਪਏ। ਬਸ ਆਹ ਗੱਲ ਹੋਈ। ਹਾਂ,